ਖੇਡ ਮੈਦਾਨ ਦੇ ਵਿੱਚ ਪਹੁੰਚ ਚੁੱਕੀ ਆ ਕਿ ਨਿਖਰੇ ਰੰਗ ਗੁਲਾਬਾਂ ਵਰਗੇ ਤੇ ਕੋਈ ਨਹੀਂ ਪੁੱਤ ਪੰਜਾਬਾਂ ਵਰਗੇ ਤੇ ਸੌਖੀ ਨਹੀਂ ਇਹ ਖੇਡ ਲਿਆਕਤ ਇਹ ਆ ਸ਼ੌਕ ਨਵਾਬਾਂ ਵਰਗੇ ਇਹ ਆ ਸ਼ੌਕ ਨਵਾਬਾਂ ਵਰਗੇ ਇਹ ਬੁੱਢੇ ਦੇ ਚਾਕਾਂ ਵਾਲੀ ਵੀ ਟੀਮ ਆਈ ਨਾ ਅਸਾਨ ਇਰਫਾਨ ਫੌਜੀ ਪਾਕਿਸਤਾਨ ਆਰਮੀ ਦਾ ਬੱਬਰ ਸ਼ੇਰ ਉਹਦੀ ਟੀਮ ਆ ਨਾ ਜੀ ਭੈਣਾਂ ਦੇ ਜੀਵਨ ਵੀਰ ਵੀਰਾਂ ਦੀ ਜੀਵੇ ਹਮਸ਼ੀਰ ਮਾਵਾਂ ਦੇ ਵੀ ਜੀਵਨ ਲਾਲ ਵੱਡੇ ਗੱਭਰੂ ਨਿੱਕੇ ਬਾਲ ਸਦਾ ਦੇ ਰਹਿਣ ਸੁਹਾਗ ਸਲਾਮਤ ਜੀਂਦੇ ਰਹਿਣ ਤਾਂ ਕਿਆਮਤ ਜੀਣਾ ਇੱਥੇ ਔਖੀ ਗੱਲ ਏ ਖਤਰਾ ਇੱਥੇ ਇੱਕ ਇੱਕ ਪਾਲੇ ਤੇ ਕੱਲ ਅਸੀਂ ਸਾਂ ਗਏ ਬਾਜ਼ਾਰੇ ਇਕੱਠੇ ਹੋ ਕੇ ਘਰ ਦੇ ਸਾਰੇ ਬਾਜ਼ਾਰ ਦੇ ਵਿੱਚ ਸੀ ਗਹਿਮਾ ਗਹਿਮੀ ਤੇ ਸਾਰੀ ਦੁਨੀਆ ਸੀ ਸਹਿਮੀ ਸਹਿਮੀ ਸੌਦਾ ਸਿਰਫ ਖਰੀਦਣ ਲੱਗੇ ਅਸੀਂ ਸਾਂ ਦੋਵੇਂ ਅੱਗੇ ਅੱਗੇ ਸਾਡੇ ਬਾਲ ਦੁਕਾਨੋਂ ਬਾਹਰ ਖੜੇ ਸਨ ਪੈਸੇ ਹੱਥਾਂ ਵਿੱਚ ਫੜੇ ਸਨ ਕਿ ਬਾਲਾਂ ਦੇ ਕੋਲ ਇੱਕ ਬਾਲੜੀ ਆਈ ਚੁੱਪ ਸੀ ਵੱਟੀ ਨੀਵੀਂ ਪਾਈ ਓਨੀ ਦੇਰ ਨੂੰ ਅਸੀਂ ਵੀ ਮੁੜ ਪਏ ਆਪਣੇ ਬਾਲਾਂ ਵੱਲ ਨੂੰ ਤੁਰ ਪਏ ਔਰ ਬਾਲੜੀ ਸਾਨੂੰ ਤੱਕਦੀ ਪਈ ਸੀ ਜਿਵੇਂ ਰਾਹ ਸਾਡਾ ਡੱਕਦੀ ਪਈ ਸੀ ਤੇ ਬੇਗਮ ਦਿੱਤੇ ਰੁਪਈਏ ਦਾਸੀ ਉਹ ਨਾ ਹੋਈ ਟਸ ਤੋਂ ਮਾਸੀ ਤੇ ਬੇਗਮ ਆਖਰ ਬੋਲੀ ਅੱਕੀ ਆਂਦੀ ਨਾ ਤੂੰ ਪੈਸੇ ਲੈਂਦੀ ਪਈ ਏ ਨਾ ਕੁਛ ਮੂੰਹੋਂ ਕਹਿੰਦੀ ਪਈ ਏ ਤੇ ਪਿੱਛੋਂ ਛਾਪੜੀ ਵਾਲਾ ਇੱਕ ਬੋਲਿਆ ਬਾਬਾ ਆਂਦਾ ਬੀਬੀ ਨਾ ਝਿੜਕੋ ਨਾ ਮਾਰੋ ਦਾਬਾ ਇਹ ਕੋ ਕੱਲ ਪਰਸੋਂ ਦੀ ਗੱਲ ਏ ਕੱਲ ਪਰਸੋਂ ਦੀ ਘੁੰਮਣ ਡਈ ਏ ਹਰ ਇੱਕ ਨੂੰ ਦੱਸਣ ਡਈ ਏ ਕਿ ਚਾਚਾ ਤਾਇਆ ਮੇਰਾ ਪਾਪਾ ਕਿਉਂ ਨਹੀਂ ਆਇਆ ਅਸੀਂ ਸੁਣੀ ਜੋ ਦਰਦ ਕਹਾਣੀ ਅਸੀਂ ਤੇ ਹੋ ਗਏ ਪਾਣੀਓ ਪਾਣੀ ਮੇਰੀ ਛੋਟੀ ਗੁੱਡੋ ਕਹਿੰਦੀ ਪਾਪਾ ਇਹਨੂੰ ਮੇਰੀ ਦੇ ਦਿਓ ਮਹਿੰਦੀ ਤੇ ਮੇਰਾ ਛੋਟਾ ਗੁੱਡੂ ਕਹਿੰਦਾ ਮੈਂ ਵੀ ਨਹੀਂ ਖਲਾਉਣੇ ਲੈਂਦਾ ਛੇਤੀ ਨਾ ਮੇਰੇ ਪੁੱਤਰ ਵੱਡੇ ਜੇਬ ਚੋਂ ਕੁਛ ਰੁਪਈਏ ਕੱਢੇ ਮੈਂ ਵੀ ਕੁਛ ਕੋਲੋਂ ਪਾਏ ਉਸ ਕੁੜੀ ਨੂੰ ਦੇਣਾ ਚਾਹੇ ਆਂਦੀ ਕੀ ਕਰਨੇ ਮੈਂ ਪੈਸੇ ਪਾਪਾ ਪੈਸੇ ਲੈਣ ਗਿਆ ਏ ਕਿਹੜਾ ਉੱਥੇ ਰਹਿਣ ਗਿਆ ਏ ਕੱਲ ਨੂੰ ਉਹਨੇ ਆ ਜਾਣਾ ਏ ਮੈਨੂੰ ਮੋਟਰਸਾਈਕਲ ਤੇ ਬਹਾ ਲੈਣਾ ਏ ਤੇ ਮੈਨੂੰ ਲੈ ਜੂ ਆਪ ਬਾਜ਼ਾਰੇ ਸੌਦਾ ਲਾਏਗੀ ਸਾਰੇ ਤੇ ਜੁੱਤੀ ਕੱਪੜੇ ਚੂੜੀਆਂ ਮਹਿੰਦੀ ਇੱਕ ਨੇਕੀ ਮੇਰੇ ਨਾਲ ਕਰੋ ਖਾਂ ਮੇਰੇ ਪਾਪਾ ਨੂੰ ਕਾਲ ਕਰੋ ਖਾਂ ਆਖੋ ਤੁਹਾਡੀ ਗੁੱਡੋ ਰਾਣੀ ਡੀਕਣ ਜਿਹੀ ਜੇ ਉਹ ਮਰ ਜਾਣੀ ਨਾਲੇ ਆਖੋ ਗੁੱਡੋ ਆਖੇ ਹੁੰਦੇ ਪਏ ਨੇ ਬੰਬ ਧਮਾਕੇ ਕਦੀ ਆਖੇ ਮੇਰੇ ਸੋਹਣੇ ਅੱਲਾ ਜੁਗ ਜੁਗ ਜੀਵੇ ਮੇਰਾ ਅੱਬਾ ਕਦੀ ਆਖੇ ਮੇਰੇ ਸੋਹਣਿਆ ਰੱਬਾ ਪਾਪਾ ਆਵੇ ਖੈਰੀ ਸੱਲਾ ਏਦਾਂ ਦੇ ਕਈ ਹਾਸੇ ਹੋ ਗਏ ਹਾਸੇ ਬੜੇ ਅਜ਼ੀਮ ਹੋਏ ਨੇ ਬੱਚੇ ਕਈ ਯਤੀਮ ਹੋਏ ਨੇ ਕਈਆਂ ਦੀਆਂ ਨੇ ਭੱਜੀਆਂ ਬਾਹਾਂ ਤੇ ਕਈਆਂ ਦੇ ਨੇ ਮੁੜ ਸਿਰ ਦੇ ਸਾਈ ਸੱਜਣ ਮਿੱਤਰ ਬੇਲੀਓ ਫੀਸ ਕਿ ਜੋੜੇ ਲੱਗਿਆ ਕੀ ਵਜ੍ਹਾ ਬਣੇ ਹੁਣ ਕੀ ਬਣਿਆ ਗਿਆ
ਚੱਲ ਵੀ ਅਗਲੀ ਕਬੱਡੀ ਪਾਉਣ ਵਾਸਤੇ ਕਬੱਡੀ ਕਬੱਡੀ ਕਰਦਾ ਹੋਇਆ ਚਵਾਂ ਜਾਫੀਆਂ ਤੇ ਬੋਲਿਆ ਜਵਾਨ ਨੇ, ਮੁੰਡੇ ਦਾ ਨਾਂ ਚਾਂਦ ਹੈ। ਇਧਰਲੇ ਪਾਸੇ ਮੈਂ ਵੇਖਦਾ ਪਿਆ ਕਿ ਸੱਜਣੋ ਮਿੱਤਰੋ ਬੇਲੀਓ 379 ਤੇ ਧਰਤੀ ਦਾ ਬੱਬਰ ਸ਼ੇਰ ਹੈ ਭਾਜੀ, ਬਾਹਰ ਹੋ ਜਾਓ, ਮਿਹਰਬਾਨੀ, ਕਿਸੇ ਬੰਦੇ ਬੱਚੇ ਦੇ ਸੱਟ ਲੱਗ ਜਾਏਗੀ, ਬਹੁਤ ਮਿਹਰਬਾਨੀ, ਭਾਵ ਸਾਈਡ ਤੇ ਖਿਲਾਰ ਕੇ ਵੇਖੋ, ਬਹੁਤ ਮਿਹਰਬਾਨੀ ਮੇਰੇ ਵੀਰ ਦੀ, ਬਹੁਤ ਸ਼ੁਕਰੀਆ ਕਿ ਆਪਣੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਤੁਸੀਂ ਵੀ ਉੱਪਰੇ ਜੇ ਸਾਡੇ ਕੋਲ। ਚੱਲ ਵੀ ਕਬੱਡੀ ਦੇ ਉੱਤੇ ਫੇਰ ਇੱਕ ਵਾਰੀ ਹੈਲੋ, ਚੱਲ ਵੀ ਅੱਗੇ ਕਬੱਡੀ, ਮੁੰਡੇ ਦਾ ਨਾਂ ਸਮਾਨ ਜੱਟ ਹੈ। ਇਧਰਲੇ ਪਾਸੇ ਵੀ ਸਮਾਨ ਨੀਲਾ ਸੀ ਪਰ ਅੰਬ ਹੈਲੋ
ਚੱਲ ਵੀ ਅਗਲੀ ਕਬੱਡੀ ਦੇ ਉੱਤੇ ਫੇਰ ਇੱਕ ਵਾਰੀ ਰੇਡ ਦੇ ਉੱਤੇ ਮੁੰਡੇ ਦਾ ਨਾਂ ਚਾਂਦ ਹੈ ਪਿੰਡ 23 ਚੱਕ ਹੈ ਇਧਰਲੇ ਪਾਸੇ ਆਮਰ ਨੀਲਾ ਦੂਜੇ ਪਾਸੇ ਮੈਂ ਵੇਖਦਾ ਪਿਆ ਫਜ਼ਾ ਰਹਿਮਾਨੀ ਕਬੱਡੀ ਕਬੱਡੀ ਅਲੀ ਟੈਗਰ ਟੈਗਰ ਪਰ ਪੁਆਇੰਟ ਹੋ ਗਿਆ ਡੇਡੇ ਦਾ ਕਾਕੇ ਬੱਬਰ ਸ਼ੇਰਾ ਚਾਂਦ ਇੱਧਰ ਭਾਈ ਨਫੀਸ ਕੋ ਆਉਣਾ ਅੱਜ ਮਾਇਆ ਦੇ ਕੱਪੇ ਹਰ ਪਲੇਅਰ ਦੇ ਨਾਲ ਮੁਹੱਬਤ ਹੋਏਗੀ ਬਹੁਤ ਸ਼ੁਕਰੀਆ ਅਗਲੀ ਕਬੱਡੀ ਦੇ ਉੱਤੇ ਫੇਰ ਵਾਲੀ ਮੁੰਡਾ ਟੁਰ ਪਿਆ ਕਬੱਡੀ ਕਬੱਡੀ ਸਕਲੈਨ ਚੱਦਰ ਸਕਲੈਨ ਚੱਦਰ ਪੁਆਇੰਟ ਹੋ ਗਿਆ ਸਕਲੈਨ ਚੱਦਰ ਦਾ ਚੱਲ ਵੀ ਚਦਾ ਦਿਆ ਮੁੰਡੇ ਦਾ ਨਾਂ ਅਸਮਾਨ ਜੱਟ ਜੀਐਲ ਮੈਨ ਡਰਾਈਵਰ ਜਿੱਥੇ ਵੀ ਹੈਗਾ ਇੱਥੇ ਸਟੇਜ ਤੇ ਆ ਜੇ ਚੱਲ ਵੀ ਅਸਮਾਨ ਜੱਟ ਸਦਕੇ ਜਾਵਾਂ ਤੇਰੀ ਰਫਤਾਰ ਉੱਤੇ ਇੰਜ ਜਾਫੀਆਂ ਨੂੰ ਜਾਂ ਝਰੱਟ ਮਾਰੇ ਆ ਜਿਵੇਂ ਮਾਰਦਾ ਸ਼ੇਰ ਸ਼ਿਕਾਰ ਉੱਤੇ ਅਮਰ ਨੀਲਾ ਪਰ ਪੁਆਇੰਟ ਹੋ ਗਿਆ ਅਸਮਾਨ ਚੱਟ ਦਾ ਪੁਆਇੰਟ ਹੋ ਗਿਆ 23 ਚੱਕ ਦਾ ਚੱਲ ਵੀ ਅਗਲੀ ਕਬੱਡੀ ਛੋਟਾ ਫੌਜੀ ਮੁੰਡੇ ਦਾ ਨਾਂ ਵਾ ਮੁੱਠੀ ਭਰ ਵਜੂਦ ਆ ਚੱਲ ਸ਼ਦਾ ਦੇ ਅੱਗੇ ਸ਼ੇਰਾ ਵਰਗਾ ਜਿਗਰਾ ਤੇ ਗੱਭਰੀ ਜਵਾਨਾ ਇੱਕ ਪਾਸੇ ਸਰਜੀਲ ਆ ਪਰ ਪੁਆਇੰਟ ਹੋ ਗਿਆ ਜੀ ਰੇਡਰ ਦਾ ਪੁਆਇੰਟ ਹੋ ਗਿਆ ਛੋਟੇ ਫੌਜੀ ਦਾ ਸੱਜਣੋ ਮਿੱਤਰੋ ਬੇਲੀਓ ਮੁੰਡਾ ਕਬੱਡੀ ਦੇ ਉੱਤੇ ਆ ਗਿਆ ਚਾਂਦ ਰਾਣੇ ਸਾਹਲ ਦਾ ਛੋਟਾ ਵੀਰ ਹੈ ਆਂਦਾ ਛੱਡ ਦੇ ਛੋਟੇ ਆ ਵੀਰਾ ਓਏ ਰੀਤ ਸ਼ਰਾਬੀਆਂ ਦੀ ਆਏ ਹਾਏ 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 ਬਾਰੇ ਕਾਲੀ ਤਿੱਤਰੀ ਕਮਾਲ ਨੇ ਪੁਆਇੰਟ ਰੇਡਰ ਦਾ ਆਇਆ ਜੀ ਸੱਜਣੋ ਮਿੱਤਰੋ ਬੇਲੀ ਹੋਏ ਮੈਂ ਤੁਹਾਨੂੰ ਗੱਲ ਦੱਸਦਾ ਜਾਵਾਂ ਕਿ ਸਾਡਾ ਵੀਰ ਨਫੀਸ ਗੁੱਜਰ ਇਹਦੀ ਪੂਰੀ ਮੁਹੱਬਤ ਆ ਭਾਈ ਮੁਜੱਬਲ ਗੁੱਜਰ ਭਾਈ ਅਸਮਾਨ ਗੁੱਜਰ ਭਾਈ ਉਮਰ ਗੁੱਜਰ ਭਾਈ ਸਈਦ ਗੁੱਜਰ ਭਾਈ ਰਹਿਮਾਨ ਗੁੱਜਰ ਤੇ ਸਾਡਾ ਵੀਰ ਸਾਡਾ ਬਜ਼ੁਰਗ ਭਾਈ ਅਨਵਰ ਸਾਈ ਗੁੱਜਰ ਸਾਹਿਬ ਹਨੀਫ ਗੁੱਜਰ ਸਾਹਿਬ ਬਹੁਤ ਸ਼ੁਕਰੀਆ ਅੱਜ ਕਬੱਡੀ ਦਾ ਸੋਹਣਾ ਮੈਚ ਕਰਾਇਆ ਤੇ ਕਬੱਡੀ ਦੇ ਉੱਤੇ ਫਿਰ ਇੱਕ ਵਾਰੀ ਮੁੰਡਾ ਟੁਰ ਪਿਆ ਭਾਰਾ ਜਿਹਾ ਵਜੂਦ ਆ ਕਹੇ ਉਧਰਲੇ ਪਾਸੇ ਭਾਲੂ ਸਪਾਲਾ ਤੇ ਪੁਆਇੰਟ ਹੋ ਗਿਆ ਕਾਸਮ ਕਾਸਮ ਪੱਟੀ ਦਾ ਕਾਸਮ ਕਾਸਮ ਇੱਧਰ ਨਾ ਭਾਈ ਨਫੀਸ ਹਾਲ ਹੈ ਸੱਜਣੇ ਮਿੱਤਰੋ ਬੇਲੀਓ ਕਿਹੜੇ ਰੋਜ਼ ਮੈਚ ਹੋਣ ਡਏ ਆ ਇਹ ਕੋਈ ਭਾ ਨਫੀਸ ਨੇ ਇਕੱਲੇ ਨੇ ਠੇਕਾ ਨਹੀਂ ਲਿਆ ਯਾਰ ਹੋਰ ਬੰਦਿਆਂ ਨੂੰ ਚਾਹੀਦਾ ਕਿ ਯਕੀਨ ਕਰੋ ਐਡੀ ਮਹਿੰਗਾਈ 'ਚ ਪਲੇਅਰ ਬੜਾ ਔਖਾ ਬਣਦਾ ਜੇ ਬਹੁਤ ਔਖਾ ਬਣਦਾ ਜੇ ਵੀਰ ਜੀ ਯਕੀਨ ਕਰੋ ਜਿੱਡੀ ਮਹਿੰਗਾਈ ਹੈ ਨਾ ਅੱਗੇ ਕੋਈ ਸਿਆਣਾ ਬੰਦਾ ਜਿਹੜਾ ਨਾ ਕੋਈ ਧਈਏ ਦੇ ਵੇਲੇ ਜਾਗ ਆਉਣੀ ਧਈਏ ਦੇ ਨਫਲ ਪੜ੍ਹਨੇ ਅੱਜ ਦੀ ਜਿਹੜੀ ਨਸਲ ਆ ਉੱਠਦੇ ਆ ਜਦੋਂ ਜਾਗ ਆਉਣੀ ਪਹਿਲਾਂ ਮੋਬਾਈਲ ਨੂੰ ਸਰਚ ਮਾਰਦੇ ਆ ਕਿ ਕਿਹਦਾ ਕੋਈ ਨਵਾਂ ਮੈਸੇਜ ਆਇਆ ਵਾ ਭਲਵਾਨੀ ਕਰਨੀ ਬਹੁਤ ਕਬੱਡੀ ਔਖੀ ਜੇ ਯਕੀਨ ਕਰੋ ਸਕਾ ਪਿਓ ਕੋਲ ਸੁੱਤਾ ਹੋਵੇ ਭਾਵੇਂ ਉਹਨੂੰ ਪੁੱਛੋ ਨਹੀਂ ਨਾ ਸੁੱਤਾ ਅੱਗੇ ਜਾਗਦਾ ਕਿ ਸੌ ਗਿਆ ਮੋਬਾਈਲ ਨੂੰ ਮਿੰਟ ਬਾਅਦ ਜਦੋਂ ਯਾਦ ਆਵੇ ਚੱਲ ਭਾਲੂ ਡੋਗਰ ਭਾਲੂ ਸੱਪਾਂ ਲਿਆ ਜਦੋਂ ਵੀ ਜੱਫਾ ਲਾਵੇ ਇਧਰਲੇ ਪਾਸੇ ਮੇਰਾ ਵੀਰ ਖਲੋਤਾ ਬੇਬੀ ਡੋਗਰ ਕਹਿੰਦਾ ਆ ਕੇ 1000 ਰੁਪਇਆ ਉੱਧਰ ਕੀ ਬਣ ਗਿਆ ਉਹ ਬਗੈਰ ਸਾਜਾਂ ਤੋਂ ਟਾਂਗਾ ਘੋੜਾ ਆਏ ਪੁਆਇੰਟ ਪਾਕਿਸਤਾਨ ਆਰਮੀ ਸਕਲੈਨ ਚੱਦਰ ਵੀਰਜੀਆਂ ਨਵੀਂ ਕੌਡੀ ਵੇਖਣ ਡਏ ਆ ਭਲਵਾਨ ਜੀ ਪੱਲਾ ਦਾਰਾ ਹੀ ਖਤਮ ਹੋ ਗਿਆ ਮਿਹਰਬਾਨੀ ਪਿੱਛੇ ਹੋ ਜਾਓ ਤੁਹਾਡੀ ਮਿਹਰਬਾਨੀ ਹੈ ਯਾਰ ਚਾਲ
ਚੱਲ ਵੀ ਮੁੰਡੇ ਦਾ ਨਾਂ ਚਾਂਦ ਹੈ। ਇਧਰਲੇ ਪਾਸੇ ਮੈਂ ਵੇਖਦਾ ਪਿਆ ਅਲੀ ਟੈਗਰ, ਦੂਜੀ ਕੰਨੀ ਤੇ ਮੈਂ ਵੇਖਦਾ ਪਿਆ ਫਜ਼ਾਨ ਰਹਿਮਾਨੀ, ਵਿੱਚ ਮੈਂ ਵੇਖਦਾ ਪਿਆ ਰਾਜਾ ਦਿਲਾਵਰ। ਅੱਗੇ ਚਾਰ ਜਾਫੀ ਟਕਨੀਕ ਪੂਰੀ ਸ਼ਫੀਕ ਚਿਸ਼ਤੀ ਵਾਲੀ ਮੁੰਡੇ ਦੀ ਜਾਫੀ ਵੀ ਸੋਹਣਾ ਲੱਗ ਗਿਆ ਅਲੀ ਟੈਗਰ, ਪਰ ਪੁਆਇੰਟ ਹੋ ਗਿਆ ਰੇਡਰ ਦਾ, ਕਮੈਂਟ ਹੋ ਗਿਆ ਜੀ ਚਾਂਦ ਦਾ। ਚਾਂਦ ਇੱਧਰ ਆ ਬੱਬਰ ਸ਼ਾਹ ਨਫੀਸ ਗੁੱਜਰ ਵਾਲਾ ਮੇਰੇ ਵੀਰ ਵਾਲਾ, ਇੱਧਰ ਆ ਮਾਇਆ ਦੇ ਕੱਫੇ ਹਰ ਪਲੇਅਰ ਦੇ ਨਾਲ ਮੁਹੱਬਤ ਹੈ। ਉਹ ਇਹ ਨਹੀਂ ਕਹਿੰਦੇ ਕਿ ਸਿਰਫ ਮੇਰਾ ਵੀਰ ਅਰਸ਼ਦ ਗੁੱਜਰ ਖੇਡਦਾ, ਉਹਨੂੰ ਹੀ ਗੁਣਗਾ ਹਰ ਦੇ ਨਾਲ ਛੋਟਾ ਫੌਜੀ ਗਰੇਟ। ਇੱਧਰ ਆ ਬੱਚੇ ਕੋਲ ਲੈ, ਬਹੁਤ ਸ਼ੁਕਰੀਆ ਜੀ ਭਾਈ ਨਫੀਸ ਗੁੱਜਰ ਸਾਹਿਬ, ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਦਾ, ਪਿਆਰ ਪ੍ਰੀਤ ਦਾ। ਸੱਜਣੋ ਮਿੱਤਰੋ ਬੇਲੀਓ, ਮੈਂ ਤੁਹਾਨੂੰ ਗੱਲ ਦੱਸਦਾ ਜਾਵਾਂ ਕਿ ਅੱਜ ਦਾ ਜਿਹੜਾ ਮੈਚ ਇੱਕ ਸੋਹਣਾ ਸੱਜਿਆ ਹੋਇਆ ਈਦ ਮੇਲਾ ਗੁੱਜਰ ਕਬੱਡੀ ਕਲੱਬ, ਇਹਨਾਂ ਗੁੱਜਰਾਂ ਨੇ ਸਜਾਇਆ ਹੋਇਆ ਇਸ ਇਲਾਕੇ ਦੀ ਸ਼ਾਨ। ਗੁੱਜਰ ਅੱਜ ਦੀ ਕਬੱਡੀ ਦੇ ਪ੍ਰਧਾਨ ਗੁੱਜਰ, ਜਿੰਦਾਬਾਦ ਜੀ। ਉਹਦੇ ਪਾਸੇ ਮੈਂ ਵੇਖਦਾ ਪਿਆ ਕਿ ਸਾਡਾ ਵੀਰ ਭੋਲਾ ਗੁੱਜਰ, ਕਬੱਡੀ ਪੈ ਗਈ ਜੀ। ਕਬੱਡੀ ਦੇ ਉੱਤੇ ਰੇਡ ਦੇ ਉੱਤੇ ਮੁੰਡੇ ਦਾ ਨਾਂ ਚੱਲ ਵੀ ਮਲਕਾ ਦਾ ਪੁੱਤਰ ਮਲਕ ਅਸਾਨ। ਕਿ ਖੇਡ ਕਬੱਡੀ ਫੁਰਤੀ ਦੀ, ਜਿਵੇਂ ਕੰਮ ਪਿੰਡਾਂ ਹੁੰਦਾ ਝੋਟਿਆਂ ਦਾ, ਇਹ ਜੀਦਾਰੀ ਦੀ ਕੁਸ਼ਤੀ ਪੱਕਾ ਸਾਨ ਲਗੋਟੇ ਦਾ। ਆ ਬਾਲੂ ਸੱਪਾ ਲਿਆ, ਬਹੁਤ ਸ਼ੁਕਰੀਆ ਕਾਕੇ। ਇੱਧਰ ਆ ਨਿਕਿਆ ਆਪਾਂ ਨਫੀਸ ਅੱਲਾ, ਕਹਿੰਦਾ ਪਲੇਅਰਾਂ ਨਾਲ ਪੂਰੀ ਮੁਹੱਬਤ ਕਰਨੀ ਆ। ਇੱਧਰ ਮੇਰਾ ਵੀਰ, ਇੱਧਰ ਆ ਸਟੇਜ ਤੇ ਆ ਇੱਧਰ ਪਾਸੇ। ਬਹੁਤ ਸ਼ੁਕਰੀਆ ਭਾਈ ਯਾਜ਼ਮ ਖਲੋਤਾ, ਭਾਈ ਨਫੀਸ ਗੁੱਜਰ ਨੇ ਬੁਲਾਇਆ ਤੈਨੂੰ ਇੱਧਰਲੇ ਪਾਸੇ ਆ। ਬਹੁਤ ਸ਼ੁਕਰੀਆ ਭਾਈ ਨਫੀਸ ਸਾਹਿਬ, ਪਲੇਅਰਾਂ ਦੇ ਨਾਲ ਪੂਰੀ ਮੁਹੱਬਤ ਕਰਦੇ ਹੋਏ, ਕੋਈ ਗੱਲ ਨਹੀਂ ਸਾਡੇ ਨਾਲ ਵੀ ਇਨਸ਼ਾਅੱਲਾ ਤੁਹਾਡੀ ਪੂਰੀ ਮੁਹੱਬਤ ਆ। ਅਗਲੀ ਕਬੱਡੀ ਫੇਰ ਇੱਕ ਵਾਰੀ, ਜੱਟਾਂ ਦਾ ਪੁੱਤਰ ਆਂਦਾ ਛਣਕਦੇ ਨੇ ਡੋਲੇ ਤੇ ਪੈਂਦੀਆਂ ਨੇ ਛੱਲੀਆਂ, ਬਈ ਜੱਟ ਦੀਆਂ ਰੇਡਾਂ ਲੋਕੋ ਜਾਂਦੀਆਂ ਨਹੀਂ ਜੇ ਝੱਲੀਆਂ। ਉਧਰ ਮੁੰਡਾ ਤਗੜਾ ਲੱਗ ਗਿਆ, ਜ਼ਰੀਲਾ ਮੁੰਡਾ ਲੱਗ ਗਿਆ, ਮੁੰਡੇ ਦਾ ਨਾਂ ਅਲੀ ਟੈਗਰ ਹੈ ਪੂਰਾ ਜਿਹਾ ਵਿਊ ਦਾ। ਇੱਧਰ ਆ ਬੱਬਰ ਸ਼ੇਰਾ, ਭਾਈ ਨਫੀਸ ਗੁੱਜਰ ਤੈਨੂੰ ਬੁਲਾਉਂਦਾ, ਯਾਜ਼ਬ ਮਿਰਜ਼ਾ ਬੱਬਰ ਸ਼ੇਰ ਬੁਲਾਉਂਦਾ, ਇੱਧਰ ਆ ਸਟੇਜ ਦੇ ਕੋਲ। ਚੱਲ ਵੀ ਕਬੱਡੀ ਦੇ ਉੱਤੇ ਸਕਲੈਨ ਚੱਦਰ, ਅਰਫਾਨ ਫੌਜੀ ਦਾ ਮੁੰਡਾ ਸ਼ਗਿਰਦਾ, ਆ ਜਾਂਦਾ ਹੀ ਨੱਚਦਾ ਟੱਪਦਾ ਲੁੱਡੀਆਂ ਪਾਉਂਦਾ। ਭਾਈ ਨਫੀਸ ਅੱਲਾ ਬੱਬਰ ਸ਼ੇਰਾ, ਪੂਰੇ ਪਲੇਅਰਾਂ ਦੇ ਨਾਲ ਮੁਹੱਬਤ, ਯਾਜ਼ਬ ਸਾਹਿਬ ਵੀ ਖਲੋਤੇ ਆ। ਚੱਲ ਵੀ ਕਬੱਡੀ ਦੇ ਉੱਤੇ ਫੇਰ ਬਿਲਕੁਲ ਸਾਂਟਵਾਂ ਜਿਹਾ ਸਰੀਰ ਆ, ਚਿੱਟਾ ਨਿਸ਼ੋਰ ਰੰਗ ਆ ਜਵਾਨ ਦਾ, ਕਬੱਡੀ ਕਬੱਡੀ ਕਰਦਾ ਹੋਇਆ। ਬਹੁਤ ਸ਼ੁਕਰੀਆ ਭਾਈ ਨਫੀਸ ਇੱਧਰ ਕੋਲ। ਹਾਂ ਛੋਟਾ ਗੁੱਜਰ ਕੋਈ ਲੈ ਵੀ ਇੱਧਰਲੇ ਪਾਸੇ ਆ ਕਾਕੇ, ਇੱਧਰ ਕੋਈ ਵੀ ਪੈਸੇ ਲੈ ਜੂ। ਬਹੁਤ ਸ਼ੁਕਰੀਆ ਜੀ ਮਾਸ਼ਾਅੱਲਾ। ਚੱਲ ਵੀ ਕਬੱਡੀ ਦੇ ਉੱਤੇ ਫੇਰ ਇੱਕ ਵਾਰੀ ਮੁੰਡਾ ਤੁਰ ਪਿਆ, ਭਾਰੀ ਭਲਕਮ ਜਿਹਾ ਸਰੀਰ ਆ ਮੁੰਡੇ ਦਾ, ਕਾਸਮ ਪੱਟੀ ਬੱਬਰ ਸ਼ੇਰ ਅੱਗੇ ਚਾਰ ਬ੍ਰੈਂਡ ਚਾਰ ਚੀਤੇ ਪੂਰੀ ਤਿਆਰੀ ਦੇ ਨਾਲ ਫਿਰਦੇ ਪਏ, ਘੁੰਮਦੀ ਪਈ ਚੈਨ, 379 ਪਿੰਡਾਂ। ਅਜੇ ਬੱਬਰ ਸ਼ੇਰਾ ਗੁੱਜਰਾਂ ਦੀ ਕਬੱਡੀ ਪਸੰਦ ਆ ਤੇ ਇੱਕ ਵਾਰੀ ਤਾੜੀ ਮਾਰੋ ਜਿਹੜਾ ਜ਼ੋਰ ਦੀ, ਉਹਨੂੰ ਕਸਮ ਲੱਗੇ ਜਿਹੜਾ ਤਾੜੀ ਨਾ ਮਾਰੇ ਯਾਰ, ਯਕੀਨ ਕਰੋ ਐਵੇਂ ਹੀ ਕਬੱਡੀਆਂ ਨਹੀਂ ਜਾਂਦੀਆਂ। ਚੱਲ ਵੀ ਅਗਲੀ ਕਬੱਡੀ ਪਾਉਣ ਵਾਸਤੇ ਫੇਰ ਇੱਕ ਵਾਰ ਮੁੰਡਾ ਰੇਡ ਤੇ, ਬਿਲਕੁਲ ਪੁੱਠੀ ਭਰ ਵਜੂਦ ਆ, ਸਰੀਰ ਸੋਹਣਾ ਬਣਾਇਆ ਸ਼ਜ਼ਾਲ ਅਕਮਲ ਡੋਗਰ ਵਾਲਾ, ਅੱਗੇ ਚਾਰ ਜਾਫੀ ਆ। ਵੇਖੋ ਗੱਲ ਕੀ ਬਣਦੀ ਆ, ਮੁੰਡਾ ਰੇਡ
ਬਹੁਤ ਸ਼ੁਕਰੀਆ ਜੀ ਭਾਈ ਨਫੀਸ ਗੁੱਜਰ ਸਾਹਿਬ, ਉਹਨਾਂ ਵੱਲੋਂ ਮੈਨੂੰ ਵੀ ਇਨਾਮ ਆਇਆ, ਬਹੁਤ ਸ਼ੁਕਰੀਆ। ਅਲੀ ਟਾਈਗਰ ਨੇ ਪੂਰੀ ਚੜ੍ਹਾਈ ਕੀਤੀ ਆ ਪਰ ਪੁਆਇੰਟ ਹੋ ਗਿਆ ਜੀ, ਰੇਡਰ ਦਾ ਪੁਆਇੰਟ ਹੋ ਗਿਆ ਜੀ। ਤਿੰਨ ਕਾਕੇ ਕਿਹਨੇ ਮੁੰਡੇ ਨੇ ਕਬੱਡੀ ਭਾਈ ਇੱਧਰ ਆ ਭਾਈ ਜਾਦਵਾਲਾ ਇੱਧਰ। ਚੱਲ ਵੀ ਕਬੱਡੀ ਦੇ ਉੱਤੇ ਫੇਰ ਇੱਕ ਵਾਰੀ ਛੋਟਾ ਫੌਜੀ, ਆਹ ਦੋ ਨੰਬਰ ਤੋਂ ਮੁੰਡਾ ਲੱਗਾ ਈ ਭਾਲੂ ਸੱਪਾ ਵਾਲਾ, ਇੱਕ ਸ਼ੌਕਤ ਸੱਪਾ ਵਾਲਾ, ਆ ਮੁੰਡਾ ਭਾਲੂ ਸੱਪਾ ਵਾਲਾ। ਪਰ ਨਹੀਂ ਵੀ ਪੁਆਇੰਟ ਰੇਡਰ ਦਾ ਹੋ ਗਿਆ। ਹਾਂ ਇੱਧਰ ਆ ਭਾਈ ਜਾਦਵਾਲਾ ਕਾਕੇ, ਇੱਧਰਲੇ ਪਾਸੇ ਇੱਧਰ ਆ ਸਟੇਜ ਤੇ ਆ। ਬਹੁਤ ਸ਼ੁਕਰੀਆ ਜੀ, ਐਡਾ ਸੋਹਣਾ ਮੈਚ ਚੱਲਦਾ ਹੋਇਆ ਸੱਜਣ ਮਿੱਤਰੋ ਬੇਲੀਓ। ਆ ਜਿਹੜਾ ਮੁੰਡੇ ਦਾ ਨਾਂ ਰਾਣਾ ਚਾਂਦ ਹੈ, ਆਹ ਪੁੱਠੀ ਪਾਈ ਆਮਰ ਨੀਲੇ ਨੇ, ਕਹਿੰਦਾ ਰੱਖ ਆਪਣੀਆਂ ਪੁੱਠੀਆਂ ਤੇ ਸਿੱਧੀਆਂ। ਪਵੈਂਟ ਤੇ ਹੋ ਗਿਆ ਰੇਡਰ ਦਾ। ਚੱਲ ਵੀ ਸਕਲੈਨ ਚਿੱਤਰ ਮੁੰਡੇ ਦਾ ਨਾਮ ਆ, ਚੱਲ ਵੀ ਸਕਲੈਨ ਪਾ ਸ਼ਜ਼ਾਰਿਆ ਕਬੱਡੀ ਕੇ ਦਿਲ ਵਿੱਚ ਸੋਚ ਵਿਚਾਰ ਬਣੇ ਨੇ ਰਾਣਾ ਸ਼ਜ਼ੀਰ। ਆਏ ਹਾਏ ਹਾਏ ਤੇ ਆਏ ਬੱਲੇ, ਵੱਡਾ ਜੱਫਾ ਕਬੱਡੀ ਦਾ ਕਰ ਛੱਡਿਆ। ਪਾਕਿਸਤਾਨ ਆਰਮੀ ਦਾ ਥੰਮ ਸੀ ਮੁੰਡਾ, ਮਾਸ਼ਾਅੱਲਾ ਬਹੁਤ ਸੋਹਣਾ ਜੱਫਾ ਕੀਤਾ ਜਵਾਨ ਨੇ। ਰਾਣਾ ਸ਼ਰਜੀਲ ਅਜੀ ਹੈ, ਸ਼ਰਜੀਲ ਸੋਹਣਾ ਜੱਫਾ ਕੀਤਾ ਜੀ। ਚੱਲ ਵੀ ਅਗਲੀ ਕਬੱਡੀ, ਮੁੰਡੇ ਦਾ ਨਾਂ ਅਸਮਾਨ ਜੱਟ, ਬਾਬੇ ਉਮਰ ਦਾ ਪੋਤਰਾ ਮੁੰਡਾ। ਕਬੱਡੀ ਪਾਉਣ ਵਾਸਤੇ ਉੱਧਰ ਵੇਖ ਮੁੰਡਾ 12 ਵੋਲਟ ਦੇ ਕਰੰਟ ਨੂੰ ਲੱਗਾ, ਪਰ ਗੱਲ ਨਹੀਂ ਬਣੀ। ਇੱਧਰ ਆ ਬੱਬਰ ਸ਼ੇਰਾ ਕਫੇਰ ਗਲ ਪਾਸੇ ਆ। ਕਾਕੇ ਕਿੰਨੇ ਮੁੰਡੇ ਨੇ ਕੌਡੀ ਭਾਈ ਇੱਧਰ ਆ ਭਾਈ ਜਾਜ਼ਬ ਅੱਲਾ। ਚੱਲ ਵੀ ਮੁੰਡੇ ਦਾ ਨਾਂ ਕਾਸਮ ਹੈ, ਚੱਲ ਵੀ ਕਾਸਮ ਪਾ ਦੇ ਕਬੱਡੀ। ਕਹਿੰਦਾ ਉਹਨੂੰ ਆਖੋ ਸ਼ਹਿਰ ਨਾ ਛੱਡੇ, ਸੱਜਣ ਹੋ ਕੇ ਵੈਰ ਨਾ ਛੱਡੇ, ਜਿੱਤ ਮੁਕੱਦਰ ਬਣ ਜਾਂਦੀ ਏ ਬੰਦਾ ਜੇ ਕਦੀ ਵੈਰ ਨਾ ਛੱਡੇ। ਚਲੋ ਨਹੀਂ ਅਸੀਂ ਮੱਥੇ ਲੱਗਦੇ, ਉਹਨੂੰ ਆਖੋ ਸ਼ਹਿਰ ਨਾ ਛੱਡੇ। ਬਾਲੂ ਬਾਲੂ ਇੱਕ ਪਾਸੇ ਨਿਸ਼ਾਨ ਟਰਾਲਾ, ਦੂਜੇ ਪਾਸੇ ਸਜੂਕੀ ਪਰ ਪੁਆਇੰਟ ਰੇਡਰ ਦਾ। ਉਹ ਜੇ ਕਿਸੇ ਨੂੰ ਕੌਡੀ ਪਸੰਦ ਆਵੇ ਨਾ ਤਾਂ ਮੈਨੂੰ ਭਾਵੇਂ ਨਾ ਕੋ ਨਾ ਦੇ, ਪਲੇਅਰ ਨੂੰ ਜ਼ਰੂਰ ਨਾਮ ਦਿਆ ਕਰੋ ਯਾਰ। ਇਹ ਕਬੱਡੀ ਐਵੇਂ ਜੇ ਖੇਡੀ ਜਾਂਦੀ ਅੱਲਾ ਜਾਂਦਾ, ਏਡੇ ਭਾਰੀ ਸਰੀਰ ਨੂੰ ਲੈ ਕੇ ਦੌੜਨਾ। ਚੱਲ ਵੀ ਕਬੱਡੀ ਦੇ ਉੱਤੇ ਕਿਹੜਾ ਮੁੰਡਾ ਗਿਆ ਬਈ, ਰਾਣਾ ਚਾਂਦ ਰਾਜਪੂਤ ਬਰਾਦਰੀ ਦੇ ਨਾਲ ਸੰਗਤਾਂ, ਬਹੁਤ ਸ਼ੁਕਰੀਆ ਜੀ। ਅੱਛਾ ਬਹੁਤ ਸ਼ੁਕਰੀਆ। ਅਗਲੀ ਕਬੱਡੀ ਸਕਲੈਨ ਚੱਦੜ ਇਰਫਾਨ ਫੌਜੀ ਦਾ ਮੁੰਡਾ ਸ਼ਿਗਰ ਦਾ, ਕਿ ਪਾਕ ਫੌਜ ਦੇ ਜੁੱਸਿਆਂ ਵਿੱਚ ਵੇਖੋ ਰਾਣਾ ਸ਼ਰਜੀਲ ਹੈ, ਦੂਜੇ ਪਾਸੇ ਸਕਲੈਨ ਚੱਦੜ ਹੈ। ਮੁਕਾਬਲਾ ਸਖਤ ਪਰ ਪੁਆਇੰਟ ਹੋ ਗਿਆ ਸਕਲੈਨ ਚੱਦੜ ਦਾ, ਪੁਆਇੰਟ ਹੋ ਗਿਆ ਮੇਰੇ ਢੋਲ ਸਿਪਾਹੀ ਦਾ। ਠੰਡੇ ਸਕਲੈਨ ਇੱਧਰ ਭਾਈ ਨਫੀਸਾ ਲਾਉਣਾ ਵਾ। ਬਹੁਤ ਸ਼ੁਕਰੀਆ ਭਾਈ ਨਫੀਸਾ, ਮੈਨੂੰ ਵੀ ਇਨਾਮ ਬਹੁਤ ਬਹੁਤ ਸ਼ੁਕਰੀਆ ਜੀ। ਕੀਰ ਕਰੋ ਸ਼ੀਰਾ ਭਲਵਾਨ, ਵਕਤ ਹੁੰਦਾ ਸੀ ਅੱਲਾ ਜਾਂਦਾ ਇਕੱਠੇ ਹੀ ਹੋਰ ਕਰਦੇ, ਉਹਨਾਂ ਨੂੰ 500 ਰੁਪਏ ਦੀ ਮੁਹੱਬਤ ਹੋਈ ਆ। ਸਕਲੈਨ ਆ ਗੁੱਜਰ ਕੋ, ਛੋਟੇ ਗੁੱਜਰ ਕੋ ਪੈਸੇ ਲੈਣੇ, ਕਹਿੰਦਾ ਮੈਂ ਮਾਸ਼ਾਅੱਲਾ ਕੌਡੀ ਮੈਨੂੰ ਬੜੀ ਚੰਗੀ ਲੱਗਦੀ ਭਾਈ, ਮਾਸ਼ਾਅੱਲਾ ਹੈ ਹੀ ਚੰਗਾ। ਮੁਹੰਮਦ ਅਨਸ ਕਹਿੰਦਾ ਮੈਨੂੰ ਬੜੀ ਕਬੱਡੀ ਪਸੰਦ ਆ। ਚੱਲ ਵੀ ਕਬੱਡੀ, ਉਹ ਮੁੰਡਾ ਲੱਗਾ ਹੀ 12 ਵੋਲਟ ਦੇ ਕਰੰਟ ਵਾਂਗੂ, ਮੁਕਾਬਲਾ ਸਖਤ ਹੈ। ਛੋਟਾ ਫੌਜੀ ਪਵੈਂਟ ਹੋ ਗਿਆ ਛੋਟੇ ਫੌਜੀ ਦਾ। ਸੱਜਣੋ ਮਿੱਤਰੋ ਬੇਲੀਓ, ਪਲੇਅਰਾਂ ਨਾਲ ਮੁਹੱਬਤ ਕਰਿਆ ਕਰੋ ਯਾਰ। ਚੱਲ ਵੀ ਕਹਿੰਦਾ ਜਗ੍ਹਾ ਜਗ੍ਹਾ ਤੇ ਕਰਨ ਪੰਜਾਬੀ ਪਿਆਰ ਕਬੱਡੀ ਨੂੰ, ਤੇ ਤਾਂਹੀਓ ਰੁਤਬਾ ਮਿਲਿਆ ਅੱਜ ਕਮਾਲ ਕਬੱਡੀ ਨੂੰ, ਜ਼ਿੰਦਾਬਾਦ ਜੀ। ਆਓ ਮਾਰਿਆ ਟੱਚ ਮਜੰਬਲ ਬੂਟੇ ਵਾਲੀਆਂ ਪੂਰੀਆਂ, ਆਏ ਪੂਰੇ ਸਟਾਈਲ ਕਰਦਾ ਇੱਧਰ ਆ।
ਨਫੀਸ ਇੱਧਰ ਭਾਈ ਨਫੀਸ ਸਾਹਿਬ ਲਾ ਕੇ ਬਹੁਤ ਸ਼ੁਕਰੀਆ ਭਾਈ ਨਫੀਸ ਸਾਹਿਬ ਅੱਜ ਮਾਇਆ ਦੇ ਗੱਫੇ ਪੂਰੀ ਪਲੇਅਰਾਂ ਦੇ ਨਾਲ ਮੁਹੱਬਤ ਬੱਲੇ ਬੱਲੇ ਦਾ ਮਾਹੌਲ ਮਹਿਮਾਨ ਬਣੇ ਆ ਮਾਸ਼ਾਅੱਲਾ ਅੱਜ ਦੀ ਪਰਿਆ ਦੇ ਪ੍ਰਧਾਨ ਸਾਡੇ ਉੱਚੇ ਉੱਚੇ ਪ੍ਰਾਹੁਣੇ ਉਹ ਭਾਲੂ ਸੱਪਾ ਵਾਲਾ ਪਰ ਨਹੀਂ ਵੀ ਫੌਜੀ ਕਹਿੰਦਾ ਨਹੀਂ ਕਮੈਂਟ ਹੋ ਗਿਆ ਫੌਜੀ ਦਾ ਫੌਜੀਆ ਇੱਧਰ ਆ ਕਾਕਿਆ ਸਕਲੈਨ ਇੱਧਰ ਆ ਮੇਰਾ ਵੀਰ ਇੱਧਰ ਆ ਬੱਬਰ ਸ਼ਰਾ ਭਾਈ ਨਫੀਸ ਗੁੱਜਰ ਵੀ ਖਲੋਤਾ ਭਾਈ ਜਾਫਰ ਮਿਰਚਾ ਬਹੁਤ ਸ਼ੁਕਰੀਆ ਜੀ ਅੱਜ ਪੂਰੀ ਮੁਹੱਬਤ ਕਰਦੇ ਹੋਏ ਭਾਈ ਜਾਜ਼ਰ ਸਾਹਿਬ ਭਾਈ ਨਫੀਸ ਗੁੱਜਰ ਸਾਹਿਬ ਬਹੁਤ ਸ਼ੁਕਰੀਆ ਉੱਧਰ ਕੀ ਬਣ ਗਿਆ ਉੱਧਰ ਕੀ ਬਣ ਗਿਆ ਭਾਈ ਉਹ ਵੇਖ ਮੁੰਡਾ ਚਿੱਟਾ ਵੇ ਕਿਵੇਂ ਫੜ ਲਿਆ ਕੁਆਡੀ ਪੁਆਇੰਟ ਦੇ ਅਗਰ ਕਿਸੇ ਦਾ ਪੁਆਇੰਟ ਰੇਡਰ ਦਾ ਹੋ ਗਿਆ ਪੁਆਇੰਟ ਹੋ ਗਿਆ ਸਮਾਨ ਜੱਟ ਦਾ ਚੱਲ ਵੀ ਅਗਲੀ ਕਬੱਡੀ ਫੇਰ ਇੱਕ ਵਾਰੀ ਮੁੰਡਾ ਤੜ ਪਿਆ ਕਬੱਡੀ ਕਬੱਡੀ ਕਰਦਾ ਹੋਇਆ ਅੱਗੇ ਚਾਰ ਜਾਫੀ ਖਲੋਤੇ ਹੋਇਆ ਕਹਿੰਦਾ ਰੂਪ ਕੋਈ ਜ਼ਕੀਰ ਨਹੀਂ ਹੁੰਦੀ ਹੀਰ ਵੀ ਇੱਕ ਦਿਨ ਹੀਰ ਨਹੀਂ ਹੁੰਦੀ ਬੰਦੇ ਨੂੰ ਕੁਛ ਕਰ ਦਿੰਦੀ ਏ ਦੌਲਤ ਆਪ ਅਮੀਰ ਨਹੀਂ ਹੁੰਦੀ ਦੌਲਤ ਆਪ ਅਮੀਰ ਨਹੀਂ ਹੁੰਦੀ ਰਾਣਾ ਜ਼ਹੀਰ ਉਧਰਲੇ ਪਾਸੇ ਰੇਡਰ ਬੱਲੇ ਛੋਟਾ ਫੌਜੀ ਜ਼ਹੀਰ ਛੋਟਾ ਫੌਜੀ ਟਾਈਮ ਲੱਗਿਆ ਪੁਆਇੰਟ ਹੋ ਗਿਆ ਜੀ ਮਲਕ ਬਹਾਰਾ ਸਾਹਿਬ ਜੀ ਆਇਆਂ ਨੂੰ ਵੈਲਕਮ ਸਾਡਾ ਵੀ ਰਾਸ਼ਦ ਗੁੱਜਰ ਤੁਹਾਨੂੰ ਜੀ ਆਇਆਂ ਨੂੰ ਵੈਲਕਮ ਕਰਦਾ ਬਹੁਤ ਸ਼ੁਕਰੀਆ ਕਿ ਆਪਣੇ ਕੀਮਤੀ ਟਾਈਮ ਚੋਂ ਟਾਈਮ ਕੱਢ ਕੇ ਭਾਈ ਅਰਸ਼ਦ ਸਾਹਿਬ ਕਹਿੰਦੇ ਬਹੁਤ ਸ਼ੁਕਰੀਆ ਕਿ ਤੁਸੀਂ ਆਹ ਜਿਹੜਾ ਮੈਚ ਸਾਡਾ ਕਬੱਡੀ ਦਾ ਵੇਖਣ ਆਏ ਜੇ ਤੁਹਾਡੀ ਮੁਹੱਬਤ ਦਾ ਪਿਆਰ ਪ੍ਰੀਤ ਦਾ ਬਹੁਤ ਸ਼ੁਕਰੀਆ ਜੀ ਆਇਆਂ ਨੂੰ ਵੈਲਕਮ ਮਲਕ ਸਾਹਿਬ ਬਹੁਤ ਸ਼ੁਕਰੀਆ ਚੱਲ ਵੀ ਚੱਲਣਾ ਸਪਾ ਲਿਆ ਯਾਰ ਵੇਖੋ ਰੈਫਰੀ ਕਿਸੇ ਮਕਸਦ ਲਈ ਖੜਾ ਰਿਹਾ ਹੁੰਦਾ ਸੱਜਣੋ ਮਿੱਤਰੋ ਬੇਲੀਓ ਮੈਂ ਤੁਹਾਨੂੰ ਗੱਲ ਦੱਸਦਾ ਜਾਵਾਂ ਕਿ ਸਾਡਾ ਵੀਰ ਅਰਸ਼ਦ ਗੁੱਜਰ ਇਹਨੇ ਇਸ ਮੈਚ ਦੇ ਨਾਲ ਪੂਰੀ ਮੁਹੱਬਤ ਕੀਤੀ ਆ ਪੂਰਾ ਪਿਆਰ ਕੀਤਾ ਵਾ ਦੂਜੇ ਪਾਸੇ ਮੈਂ ਵੇਖਦਾ ਪਿਆ ਸਾਡਾ ਵੀਰ ਢੋਲਾ ਗੁੱਜਰ ਇਹ ਬਜ਼ੁਰਗਾਂ ਦੀ ਮੁਹੱਬਤ ਦੇ ਨਾਲ ਪਿਆਰ ਪ੍ਰੀਤ ਦੇ ਨਾਲ ਭਾਈ ਮੁਜੰਮਲ ਗੁੱਜਰ ਸਾਹਿਬ ਭਾਈ ਸੁਮਾਨ ਗੁੱਜਰ ਸਾਹਿਬ ਭਾਈ ਉਮਰ ਗੁੱਜਰ ਸਾਹਿਬ ਭਾਈ ਸਈਦ ਗੁੱਜਰ ਸਾਹਿਬ ਅਤੇ ਭਾਈ ਰਹਿਮਾਨ ਗੁੱਜਰ ਸਾਹਿਬ ਅਤੇ ਦੂਜੇ ਪਾਸੇ ਅਨਵਰ ਸਾਈ ਗੁੱਜਰ ਸਾਹਿਬ ਸਾਡਾ ਅਰਸ਼ਦ ਕਬੱਡਰ ਜਿਹੜਾ ਉਹਦੇ ਲਖਤੇ ਜਿਗਰ ਆ ਅਤੇ ਮਹਿਮਾਨਾਂ ਦੇ ਵਿੱਚ ਮੈਂ ਵੇਖਦਾ ਪਿਆ ਬਸ਼ੀਰ ਗੁੱਜਰ ਸਾਹਿਬ ਨਫੀਸ ਗੁੱਜਰ ਸਾਹਿਬ ਬਹੁਤ ਸ਼ੁਕਰੀਆ ਇੱਧਰ ਕੀ ਬਣ ਗਿਆ ਭਾਈ ਰਸ਼ੀਦ ਗੁੱਜਰ ਸਾਹਿਬ ਜੀ ਆਇਆਂ ਨੂੰ ਵੈਲਕਮ ਇੱਧਰ ਆ ਕਾਕੇ ਸਕਲੈਨ ਇੱਧਰ ਆ ਦੋ ਦੋ ਕਬੱਡੀਆਂ ਰਹਿ ਗਈਆਂ ਜੀ ਇਹਦੇ ਵਿੱਚ ਜਿਹੜੀ ਵਿਨ ਮੈਂ ਕਬੱਡੀ ਹੋਏਗੀ ਉਹਦਾ ਮੈਚ ਹੋਏਗਾ ਅਰਸ਼ਦ ਗੁੱਜਰ ਕਬੱਡੀ ਕਲੱਬ ਦੇ ਨਾਲ ਸਾਡੇ ਇਸ ਇਲਾਕੇ ਦਾ ਹੀਰੋ ਮੁੰਡਾ ਯਕੀਨਗਰ ਇਸ ਇਲਾਕੇ ਦੇ ਵਿੱਚ ਲੱਡੂ ਬਾਟਰ ਲੱਗਾ ਸੀ ਪਰ ਮੁੰਡਾ ਆਏ ਸਾਡੇ ਇਸ ਇਲਾਕੇ ਦਾ ਹੀਰੋ ਮੁੰਡਾ ਬ੍ਰਾਂਡ ਆ ਯਕੀਨਗਰ ਜੜਾਂ ਵਾਲੇ ਦਾ ਕਿਉਂਕਿ ਜੜਾਂ ਵਾਲੇ 'ਚ ਕਬੱਡੀ ਘੱਟ ਵਾ ਫਿਰ ਵੀ ਮਾਸ਼ਾਅੱਲਾ ਮੁੰਡਾ ਹੈਦਰੀ ਕਬੱਡੀ ਕਲੱਬ ਦੇ ਨਾਲ ਇਹ ਆਪੋ ਦੀ ਮੁਹੱਬਤ ਆ ਔਰ ਜੀ ਉਹ ਮੰਗੀ ਪਰ ਨਹੀਂ ਵੀ ਇੱਧਰ ਆਉਣਾ ਕਾਕੇ ਇੱਧਰ ਆਉਣਾ ਯਕੀਨ ਹੈ ਬੜੇ ਸੋਹਣੇ ਜੱਥੇ ਕੀਤੇ ਬਹੁਤ ਸ਼ੁਕਰੀਆ ਭਾਈ ਜਾਜ਼ਰ ਸਾਹਿਬ ਅੱਜ ਪੂਰੀ ਪਲੇਅਰਾਂ ਦੇ ਨਾਲ ਮੁਹੱਬਤ ਇੱਧਰ ਭਾਈ ਹੁਣਾ ਲੈਣਾ ਬਹੁਤ ਸ਼ੁਕਰੀਆ ਮਾਸ਼ਾਅੱਲਾ ਜੇ ਬੀ ਡੋਗਰ ਕਹਿੰਦਾ ਕੋਈ ਜੱਫਾ ਲਾ ਲਾ ਹੁਣ ਕੇ ਹਮਾਨ ਤੇ ਪਿੰਡ ਤੇ ਜਾ ਕੇ ਗੱਲਾਂ ਹੋਣੀਆਂ ਕੋਈ ਜੱਫਾ ਨਹੀਂ ਕਰਦਾ ਬਹੁਤ ਸ਼ੁਕਰੀਆ ਜੀ ਇੱਧਰ ਆ
ਇੱਧਰ ਛੋਟੇ ਗੁੱਜਰ ਕੋਲ ਵੀ ਪੈਸੇ ਲੈਣੇ ਆ ਮਾਸ਼ਾਅੱਲਾ। ਅੱਲਾਹ ਤਾਲਾ ਇਹਦੀ ਜ਼ਿੰਦਗੀ ਕਰੇ, ਜਿੰਨਾ ਨਹੀਂ ਸ਼ੌਕ ਆ ਆਉਣ ਵਾਲਾ ਵਕਤ ਦਾ ਮਾਸ਼ਾਅੱਲਾ ਸਟਾਰਟ ਹੋਏਗਾ। ਚੱਲ ਵੀ ਕਬੱਡੀ ਖਤਮ ਜੀ, ਚੱਲ ਵੀ ਅਗਲੀ ਕਬੱਡੀ ਪਾਉਣ ਵਾਸਤੇ ਮੁੰਡਾ ਕਬੱਡੀ ਕਬੱਡੀ ਕਰਦਾ ਹੋਇਆ ਆਹ ਕਬੱਡੀ ਮੁੰਡਾ ਲੱਗਾ ਹੀ ਜਾਣਾ ਜ਼ੈਨ ਹੈ, ਬੰਦੇ ਵਾਰ ਕਹਿੰਦੇ ਇਹਨੂੰ, ਬੱਲੇ ਬੱਲੇ ਜ਼ਿੰਦਾਬਾਦ ਜੀ, ਬਹੁਤ ਸ਼ੁਕਰੀਆ ਕਿ ਪੁਆਇੰਟ। ਹਾਂ ਇੱਧਰ ਆ ਸਾਲ ਕੋ ਨਾਮ ਲੈ ਲਾ ਕਾਕੇ ਤੇਰਾ ਨਾਮ।